ਸੀਐਮ ਸਾਹਿਬ ਤੁਸੀਂ ਆਪਣੇ ਭਤੀਜੇ ਮਨਪ੍ਰੀਤ ਬਾਦਲ ਦੇ ਪੋਲੀਟੀਕਲ ਕੈਰੀਅਰ ਬਾਰੇ ਕੀ ਕਹਿਣਾ ਚਾਹੁੰਦੇ ਹੋ? ਮੈਂ ਕੀ ਕਹਿਣਾ ਜੀ, ਦੇਖੋ ਮੈਂ ਜਿਹੜੀ ਪੋਜੀਸ਼ਨ ਦਾ ਜਾਂ ਮੇਰਾ ਪੁਰਾਣਾ ਰੋਲ ਹੈ, ਮੇਰੇ ਵਾਸਤੇ ਨਾ ਕੋਈ ਵੇਟ ਹੈ ਤੇ ਨਾ ਭਤੀਜਾ ਹੈ, ਮੇਰੇ ਵਾਸਤੇ ਪਾਰਟੀ। ਮੈਂ ਆਪਣੀ ਸਾਰੀ ਜ਼ਿੰਦਗੀ ਪਾਰਟੀ ਵਾਸਤੇ ਕੰਮ ਕੀਤਾ, ਪਾਰਟੀ ਵਾਸਤੇ ਕੰਮ ਕਰਾਂਗਾ, ਪਾਰਟੀ ਨੂੰ ਮਜ਼ਬੂਤ ਕਰਾਂਗਾ। ਇਹ ਛੋਟੀਆਂ ਗੱਲਾਂ ਹੈ, ਇਹ ਦੁਨਿਆਵੀ ਰਿਸ਼ਤੇ ਹੈ, ਲੇਕਿਨ ਪਾਰਟੀ ਦਾ ਰਿਸ਼ਤਾ ਜਿਹੜਾ ਹੈ ਉਹ ਇਦੋਂ ਬਹੁਤ ਵੱਡਾ ਰਿਸ਼ਤਾ ਹੁੰਦਾ ਹੈ। ਜਿੰਨਾ ਕੋਈ ਪਾਰਟੀ ਦੇ ਸਾਥੀ ਤੁਹਾਡੇ ਵਾਸਤੇ ਕਰ ਰਹੇ ਨੇ, ਨਾ ਕੋਈ ਬੇਟਾ ਕਰ ਸਕਦਾ ਹੈ ਨਾ ਭਤੀਜਾ ਕਰ ਸਕਦਾ। ਮੇਰੇ ਤਾਂ ਸਾਰੇ ਜਿਹੜੇ ਪਾਰਟੀ ਦੇ ਭਰਾ ਮੇਰੇ ਪਾਰਟੀ ਦੇ ਸੀਨੀਅਰ ਸਾਥੀ ਹੈ, ਜੇ ਮੇਰਾ ਡਟ ਕੇ ਜ਼ਿੰਦਗੀ ਚ ਸਾਥ ਨਾ ਦਿੰਦੇ ਤਾਂ ਜਿਸ ਤਰ੍ਹਾਂ ਸੈਂਟਰ ਸਰਕਾਰ ਦੇ ਹੋਰ ਲੋਕ ਸਾਡੇ ਮਗਰ ਲੱਗੇ ਸਨ, ਸਾਡਾ ਮਤਲਬ ਹੋਰ ਹੀ ਹਾਲਾਤ। ਇਸ ਕਰਕੇ ਮੈਂ ਛੋਟੀਆਂ ਸੋਚਾਂ ਵਾਲਾ ਨਹੀਂ ਹਾਂ ਤੇ ਨਾ ਮੈਂ ਜਦੋਂ ਇੱਕ ਸਟੇਟਮੈਂਟ ਪੜੀ ਜਾ ਰਹੀ ਸੀ, ਜਦੋਂ ਮਨਪ੍ਰੀਤ ਬਾਦਲ ਦਾ ਨਾਮ ਆਇਆ ਤੁਹਾਡੇ ਫੇਸ ਐਕਸਪ੍ਰੈਸ਼ਨ ਵੀ ਚੇਂਜ ਹੋਏ, ਤੇ ਜਦੋਂ ਵਾਰ ਵਾਰ ਪੁੱਛਿਆ ਜਾ ਰਿਹਾ ਤੁਸੀਂ ਨਾਮ ਨਹੀਂ ਸੀ ਲੈਣਾ ਚਾਹ ਰਹੇ ਕਿ ਮਨਪ੍ਰੀਤ ਬਾਦਲ ਦਾ ਨਾਮ ਨਾ? ਮੈਂ ਸਟੇਟਮੈਂਟ ਨਹੀਂ ਸੀ, ਨਹੀਂ ਜਦੋਂ ਪੜੀ ਜਾ ਰਹੀ ਸੀ ਮੇਰੇ, ਮੈਂ ਕਿਉਂਕਿ ਤੁਸੀਂ ਘਰ ਦੇ ਵਿੱਚ ਉਹਨਾਂ ਦੇ ਤਾਇਆ ਜੀ ਲੱਗਦੇ ਹੋ, ਕੋਈ ਉਪਰਾਲਾ ਕਰੋਗੇ ਕਿ ਕਿਵੇਂ ਨਾ ਕਿਵੇਂ ਪਾਰਟੀ ਜਿਹੜੀ ਟੁੱਟੀ ਹੈ ਜੋੜ ਹੋ ਜਾਏ ਉਹਨਾਂ ਦਾ? ਮੈਂ ਵੈਸੇ ਤਾਂ ਕਿਸੇ ਕੰਟਰੋਲ ਚ ਨਹੀਂ ਪੈਣਾ ਚਾਹੁੰਦਾ। ਮਨਪ੍ਰੀਤ ਸਿੰਘ ਜੀ ਬਿਮਾਰ ਸਨ, ਮੈਨੂੰ ਇੱਥੇ ਦੱਸਿਆ ਕਿ ਮਨਪ੍ਰੀਤ ਸਿੰਘ ਡੈਂਗੂ ਹੋ ਗਿਆ, ਘਰੇ ਬਿਮਾਰ ਪਏ। ਮੈਂ ਬੜੀ ਆਹਮੀ ਜੀ ਸੀ, ਉਹਨੇ ਬਰਖਾਸਤ ਕੀਤਾ ਤੇ ਘਰੇ ਪਹੁੰਚਿਆ। ਮੈਂ ਕਿਹਾ ਬੇਟਾ ਤੁਸੀਂ ਪਏ ਹੋ, ਤੁਸੀਂ ਇੱਥੇ ਤਾਂ ਡੇਂਗੂ ਦਾ ਇਲਾਜ ਨਹੀਂ ਹੁੰਦਾ, ਤੇ ਮੈਂ ਨਾਲ ਪਾ ਕੇ ਉਹਨਾਂ ਨੂੰ ਪੀਜੀਆਈ ਦੱਸ ਦਿੱਤਾ, ਉੱਥੇ ਡਾਕਟਰਾਂ ਨੂੰ ਸਾਰਾ ਜੋ ਕੁਛ ਕਰਨਾ ਉੱਥੇ ਇਲਾਜ। ਫਿਰ ਉਸ ਤੋਂ ਬਾਅਦ ਉਹਨਾਂ ਦੀ ਬਿਮਾਰੀ ਦੇ ਸਮੇਂ ਹੀ ਹਿੰਦੁਸਤਾਨ ਟਾਈਮ ਵਿੱਚ ਖਬਰ ਛੱਡ ਗਈ, ਉਹ ਜਿਹੜੀ ਸਟੇਟਮੈਂਟ ਮੈਂ ਫਿਰ ਰੱਖ ਕਰਕੇ ਉੱਥੇ ਗਿਆ। ਮੈਂ ਬੇਟਾ ਤੁਸੀਂ ਬਿਮਾਰ ਹੋ, ਮੈਂ ਤੁਹਾਨੂੰ ਕੋਈ ਕਹਿਣਾ ਨਹੀਂ ਚਾਹੁੰਦਾ, ਆਹ ਸਟੇਟਮੈਂਟ ਜਿਹੜੀ ਛੱਡਿਆ ਇਹ ਠੀਕ ਨਹੀਂ, ਤੁਸੀਂ ਸਾਡੀ ਸਟੇਟਮੈਂਟ ਨਹੀਂ ਦੇਣੀ ਚਾਹੀਦੀ, ਮਾਰਕ ਛੱਡ ਗਏ। ਜ਼ਿਆਦਾ ਵੀ ਮੈਂ ਉੱਥੇ ਪ੍ਰਚਾਰ ਨਹੀਂ ਕਰਨਾ ਚਾਹੁੰਦਾ, ਸਿਰਫ ਬਿਮਾਰ ਸਨ। ਮੈਂ ਕਹਿ ਰਿਹਾ ਲੰਬੀ 10-15 ਮਿੰਟ ਮੈਂ ਬੈਠੇ ਵੀ ਦੱਸਿਆ ਜੀ ਇਹ ਜਾਂ ਨਾ ਤੁਸੀਂ ਅੱਗੇ ਤੋਂ ਸਟੇਟਮੈਂਟ ਦਿਓ, ਚਲੋ ਕੋਈ ਨੀ ਜਿਹੜੀ ਦੇ ਬੈਠੇ ਦੇ ਬੈਠੇ ਅੱਗੇ ਦੇਣਾ। ਫਿਰ ਮੈਂ ਮੇਰੇ ਵੀ ਸੱਟ ਪਏ ਵੱਜ ਗਈ ਤੇ ਮੈਂ ਵੀ ਪੀਜੀਆਈ ਪਹੁੰਚ ਗਿਆ। ਮੈਨੂੰ ਕਿਸੇ ਨੇ ਦੱਸਿਆ ਕਿ ਮਨਪ੍ਰੀਤ ਜੀ ਨੇ ਕੋਈ ਪ੍ਰੈਸ ਕਾਨਫਰੰਸ ਲਾਈ, ਮੈਂ ਉੱਥੇ ਅੱਗੇ ਤਿਆਰੀ ਹੁੰਦੀ ਕਿ ਮਨਪ੍ਰੀਤ ਜਿਹੜਾ ਹੋ ਗਿਆ ਹੋ ਗਿਆ, ਤੁਸੀਂ ਹੁਣ ਪ੍ਰੈਸ ਕੇ ਜਿਹੜੀ ਕਾਨਫਰੰਸ ਕੈਂਸਲ ਕਰ ਦਿੱਤੀ। ਮੈਂ ਇੱਕ ਤੇ ਕੈਂਸਲ ਕਰ ਸਕਦਾ ਕਿ ਜਿਹੜੀ ਮੇਰੀ ਪਹਿਲੀ ਸਟੇਟਮੈਂਟ ਹੈ ਉਹਦੀ ਮੈਨੂੰ ਕਲੀਨ ਚਿੱਟ ਦਿੱਤੀ। ਮੈਂ ਬਰਾੜ ਸਾਹਿਬ ਵਿੱਚ ਖੜੇ ਰਹੀ, ਮੈਨੂੰ ਕੱਢਿਆ। ਮੈਂ ਕਿਹਾ ਜੋ ਵੀ ਉਹਦੇ ਦਸਤਖਤ ਉਹ ਲਿਖਣ ਤੇ ਮੇਰੇ ਵੱਲੋਂ ਅਨਾਊਂਸ ਕਰ ਦਿੱਤਾ, ਮੈਂ ਦਿੱਤੀ ਹੈ ਦੇਖਿਓ ਨੂੰ। ਆਈ ਡਿਡ ਮਾਈ ਬੈਸਟ ਵਟ ਆਈ ਕੁਡ ਡੂ, ਈਵਨ ਦੋ ਤਿੰਨ ਮੈਂ ਆਪਣੇ ਬ੍ਰਦਰ ਨੂੰ ਮੇਰੇ ਬ੍ਰਦਰ ਨਾਲ ਬਹੁਤ ਹੀ ਗਹਿਰਾ ਤੇ ਦਿਲੀ ਨਾਲ ਕਰ ਸਾਨੂੰ ਰਾਮ ਲਕਸ਼ਮਣ ਦੀ ਜੋੜੀ ਨੂੰ ਕਹਿ ਦਿੰਦੇ, ਜਦੋਂ ਮੈਂ ਜਾਣਾ ਇਕੱਠੇ ਅਸੀਂ ਬਾਹਰ ਜਾਂਦੇ ਹਾਂ, ਸਾਡਾ ਪਿਆਰ ਅੱਜ ਵੀ ਪਿਆਰ। ਇਹ ਤੋਂ ਪਹਿਲਾਂ ਮੈਂ ਉਹਨਾਂ ਨੂੰ ਵੀ ਦੋ ਘੰਟੇ ਉਹਨਾਂ ਦੇ ਨਾਲ ਕੀਤੇ ਤੇ ਹੁਣ ਵੀ ਉਹਨਾਂ ਨੂੰ ਕਰਦਾ ਰਹਿੰਦਾ। ਮੇਰਾ ਮਤਲਬ ਜੋ ਕੁਝ ਮੈਂ ਕਰ ਸਕਦਾ ਸਰ ਕਰਿਆ, ਮੈਂ ਕਿਸੇ ਮਜ਼ਬੂਰ ਤਾਂ ਕਰ ਨਹੀਂ ਸਕਦਾ, ਇਟ ਇਜ਼ ਨੋਟ ਇਨ ਮਾਈ ਪਾਵਰ। ਤੇ ਇਸ ਕਰਕੇ ਜਿਹੜਾ ਮੈਂ ਕਰ ਸਕਦਾ ਕੀਤਾ। ਮੇਰੀ ਸਮਝਦਾ ਪਾਰਟੀ ਇੰਟਰਸਟ ਹੈ, ਪਰ ਪਾਰਟੀ ਇੰਟਰਸਟ ਵਾਸਤੇ ਮੈਂ ਹਮੇਸ਼ਾ ਸੋਚ ਰਿਹਾ। ਮਨਪ੍ਰੀਤ ਬਾਦਲ ਬਾਰ ਬਾਰ ਤੁਹਾਨੂੰ ਡਿਫਾਈ ਕਰ ਰਹੇ ਸੀ, ਮੈਂ ਇਹਦੇ ਤੁਸੀਂ ਜੱਜ ਕਰੋ, ਮੈਂ ਨਹੀਂ ਕੁਛ ਕਹਿਣਾ, ਮੈਂ ਅੱਜ ਵੀ ਕੁਛ ਨਹੀਂ ਕਹਿ ਸਕਦਾ। ਇਟ ਇਜ਼ ਅਪ ਟੂ ਯੂ ਟੂ ਥਿੰਕ, ਮੈਂ ਇੱਕ ਰੱਤੀ ਭਰ ਵੀ ਕੋਈ ਗੱਲ ਇੱਧਰ ਵੀ ਇੱਧਰ ਨਹੀਂ। ਕਾਂਗਰਸ ਪਾਰਟੀ ਕਹਿ ਰਹੀ ਹੈ ਕਿ ਜਦੋਂ ਇਹ ਇਸ਼ੂ ਵਿਧਾਨ ਸਭਾ ਦੇ ਵਿੱਚ ਰੇਜ਼ ਹੋਇਆ ਤੇ ਉਹਨਾਂ